ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਸੀ ਗੁਰਮਲਕੀਰਤ ਸਿੰਘ ਕਾਹਲੋਂ ਦੁਆਰਾ ਲਿਖੀ ਗਈ ਕਹਾਣੀ ਰੂਹਾਂ ਦੇ ਰਮੇ 'ਚ ਰਿਸ਼ਤੇ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਉਸ ਕੁੜੀ ਦਾ ਤਸੱਵਰ ਵਾਰ ਵਾਰ ਮੇਰੀਆਂ ਅੱਖਾਂ ਮੂਹਰੇ ਉੱਕਰਦਾ ਰਹਿੰਦਾ। ਕਈ ਸਾਲ ਹੋ ਗਏ ਸੀ ਉਹ ਘਟਨਾ ਵਾਪਰਿਆਂ। ਪਤਾ ਨਹੀਂ ਕਿਉਂ ਉਹ ਦ੍ਰਿਸ਼ ਤਰੋ ਤਾਜ਼ਾ ਹੋ ਕੇ ਮੇਰੀਆਂ ਅੱਖਾਂ ਮੂਹਰੇ ਕੱਲ੍ਹ ਵਾਂਗ ਉੱਕਰਨ ਲੱਗ ਜਾਂਦਾ ਸੀ। ਉਸ ਤੋਂ ਬਾਅਦ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ, ਲੋਕਾਂ ਤੋਂ ਬਹੁਤ ਕੁਝ ਸੁਣ ਲਿਆ ਸੀ, ਕਈ ਕੁਝ ਅਖਬਾਰਾਂ ਅਤੇ ਰਸਾਲਿਆਂ 'ਚੋਂ ਪੜ੍ਹ ਲਿਆ ਸੀ, ਪਰ ਮਨ ਵਿੱਚ ਘਰ ਕਰ ਗਏ ਉਸ ਕੁੜੀ ਦੇ ਵਤੀਰੇ ਨੂੰ ਕੋਈ ਹੋਰ ਉਲੰਘਦਾ ਕਦੇ ਨਾ ਲੱਗਿਆ। ਗਰਮੀਆਂ ਦੇ ਦਿਨ ਸੀ, ਮੈਂ ਬੱਸ ਰਾਹੀਂ ਮੋਗੇ ਤੋਂ ਫਰੀਦਕੋਟ ਜਾ ਰਿਹਾ ਸੀ। ਤਿੰਨ ਸੀਟਾਂ ਵਾਲੀ ਮੂਹਰਿਓਂ ਪੰਜਵੀਂ ਸੀਵੀਂ ਕਤਾਰ ਵਿੱਚ ਬਾਹਰਲੇ ਪਾਸੇ ਬੈਠਾ ਸੀ। ਗਰਮੀਆਂ 'ਚ ਸ਼ੀਸ਼ੇ 'ਚੋਂ ਆਉਂਦੀ ਹਵਾ ਲੈਣ ਦੀ ਖੁਦਗਰਜ਼ੀ ਅਸੀਂ ਸਾਰਿਆਂ ਨੇ ਪਾਲੀ ਹੁੰਦੀ ਆ। ਚੱਲਣ ਤੱਕ ਸਾਡੇ ਬੱਸ ਦੀਆਂ ਸਾਰੀਆਂ ਸੀਟਾਂ ਮੱਲੀਆਂ ਗਈਆਂ ਸੀ। ਬੱਸ ਨੇ ਸ਼ਹਿਰ 'ਚੋਂ ਬਾਹਰ ਨਿਕਲ ਕੇ ਸਪੀਡ ਫੜ ਲਈ ਸੀ। ਅਜੇ ਪਹਿਲਾ ਅੱਡਾ ਲੰਘੇ ਹੋਵਾਂਗੇ ਕਿ ਸਾਡੇ ਵਾਲੀ ਤੋਂ ਪਹਿਲਾਂ ਚੱਲੀ ਬੱਸ ਖਰਾਬ ਹੋਈ ਸੜਕ ਦੇ ਪਾਸੇ ਖੜ੍ਹੀ ਦੀ ਸੀ। ਬੱਸ ਦੇ ਪਿਛਲੇ ਪਾਸੇ ਉਸ ਵਿੱਚੋਂ ਉਤਰੀਆਂ ਸਵਾਰੀਆਂ ਇੱਕ ਦੂਜੇ ਤੋਂ ਕਾਲੀ ਵਿਖਾਉਂਦੇ ਹੋਏ ਸਾਡੇ ਵਾਲੀ ਦੇ ਮੂਹਰੇ ਹੋ ਕੇ ਹੱਥ ਦੇ ਰਹੀਆਂ ਸੀ। ਹੋਰ ਪੈਸੇ ਵੱਟ ਲੈਣ ਦਾ ਲਾਲਚ ਸਾਰੇ ਬੱਸਿਆਂ ਵਾਲਿਆਂ ਨੂੰ ਹੁੰਦਾ। ਸਾਰੇ ਡਰਾਈਵਰ ਨੇ ਦੂਰੋਂ ਹੀ ਸੱਜਾ ਪੈਰ ਰੇਸ ਵਾਲੇ ਲੀਵਰ ਤੋਂ ਚੁੱਕ ਕੇ ਉਸ ਨੂੰ ਬ੍ਰੇਕ ਪੈਡਲ ਉੱਤੇ ਟਿਕਾ ਕੇ ਹਲਕੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਡੀ ਬੱਸ ਖਰਾਬ ਵਸਤੂ ਥੋੜ੍ਹਾ ਪਿੱਛੇ ਰੁਕ ਗਈ। ਕੰਡਕਟਰ ਬਾਹਰ ਨਿਕਲਿਆ ਅਤੇ ਦੋਹਾਂ ਬਾਰੀਆਂ 'ਚੋਂ ਸਵਾਰੀਆਂ ਚੜਾਉਣ ਲੱਗ ਪਿਆ। ਚੜਾਉਣ ਦੀ ਥਾਂ ਮੈਂ ਤੁੰਨੀਆਂ ਕਹਾਂ ਤਾਂ ਜ਼ਿਆਦਾ ਠੀਕ ਰਹੇਗਾ। ਉਹ ਹੱਥ ਦੇ ਇਸ਼ਾਰੇ ਨਾਲ ਥੋੜ੍ਹਾ ਥੋੜ੍ਹਾ ਅੱਗੇ ਨੂੰ ਹੋਜੋ ਭਾਈ ਦੀਆਂ ਆਵਾਜ਼ਾਂ ਦੇ ਜਾ ਰਿਹਾ ਸੀ। ਖਰਾਬ ਬੱਸ ਦੀਆਂ ਜਿੰਨੀਆਂ ਕੁ ਸਵਾਰੀਆਂ ਵੜ ਸਕਦੀਆਂ ਸੀ, ਕੁਝ ਚੜ੍ਹ ਅਤੇ ਕੁਝ ਲਮਕ ਗਈਆਂ। ਕੰਡਕਟਰ ਨੇ ਬਾਹਰੋਂ ਜ਼ੋਰ ਲਗਾ ਕੇ ਮੂਰਲੀ ਖਿੜਕੀ ਬੰਦ ਕੀਤੀ ਅਤੇ ਫਿਰ ਪਿਛਲੀ ਦੇ ਪਹਿਲੇ ਪਾਏਦਾਨ ਉੱਤੇ ਪੈਰ ਰੱਖ ਕੇ ਟੁੱਟਵੀਂ ਸੀਟੀ ਮਾਰਦਿਆਂ ਬੱਸ ਚਲਵਾ ਲਈ। ਸਧਾਰਨ ਜਿਹੇ ਚਿੱਟੇ ਕੱਪੜਿਆਂ ਵਾਲੀ ਇੱਕ ਬਜ਼ੁਰਗ ਮਾਤਾ ਮੇਰੇ ਵਾਲੀ ਕਤਾਰ ਤੋਂ ਥੋੜ੍ਹਾ ਮੂਹਰੇ ਟੇਢੀ ਹੋਈ ਖੜ੍ਹੀ ਸੀ। ਇੱਕ ਹੱਥ ਵਿੱਚ ਕਸੇ ਜਿਹੇ ਕੱਪੜੇ ਦਾ ਝੋਲਾ ਸੰਭਾਲਦੀ ਹੋਈ, ਦੂਜਾ ਹੱਥ ਸਿਰ ਉੱਪਰਲੇ ਪਾਈ ਫੜ ਕੇ ਉਹ ਆਪਣਾ ਭਾਰਾ ਸਰੀਰ ਡਿੱਗਣੋਂ ਬਚਾ ਰਹੀ ਸੀ। ਤੇਜ਼ ਰਫ਼ਤਾਰ 'ਤੇ ਟੁੱਟੀ ਸੜਕ ਦੇ ਹਿਚਕੋਲਿਆਂ ਕਾਰਨ ਮਾਤਾ ਤੋਂ ਖੜ੍ਹ ਨਹੀਂ ਸੀ ਹੋ ਰਿਹਾ। ਉਸਨੇ ਮੇਰੇ ਮੂਹਰਲੀ ਕਤਾਰ ਦੇ ਅੰਦਰਲੇ ਪਾਸੇ ਬੈਠੇ ਅਲੂਏ ਜਿਹੇ ਮੁੰਡੇ ਨੂੰ ਪਰੇ ਨੂੰ ਹੋ ਕੇ ਥਾਂ ਦੇਣ ਦਾ ਤਰਲਾ ਮਾਰਿਆ। ਮੁੰਡਾ ਅੰਗਾਂ ਨੂੰ ਹੋਣ ਹੀ ਲੱਗਾ ਸੀ, ਪਰ ਵਿਚਕਾਰ ਬੈਠੇ ਟਾਈ ਅਤੇ ਰੰਗਦਾਰ ਐਨਕਾਂ ਵਾਲੇ ਬਾਬੂ ਨੇ ਮੁੰਡੇ ਨੂੰ ਚੁੰਡੀ ਵੱਢ ਕੇ ਰੋਕ ਦਿੱਤਾ। ਬਾਬੂ ਨੇ ਨੱਕ ਉੱਤੇ ਰੁਮਾਲ ਪਹਿਲਾਂ ਹੀ ਰੱਖਿਆ ਹੋਇਆ ਸੀ, ਸ਼ਾਇਦ ਉਸਦੇ ਨਾਜ਼ੁਕ ਨੱਕ ਨੂੰ ਹਮਾਤੜਾਂ ਦੇ ਪਸੀਨੇ ਦੀ ਹਵਾੜ ਤੰਗ ਕਰ ਰਹੀ ਸੀ। ਮੈਲੇ ਜਿਹੇ ਝੋਲੇ ਵਾਲੀ ਬਜ਼ੁਰਗ ਮਾਤਾ ਤੋਂ ਵੀ ਉਸਨੂੰ ਇਹੀ ਡਰ ਲੱਗਾ ਹੋ। ਬੱਸ ਨੇ ਮੋੜ ਕੱਟਿਆ ਅਤੇ ਮਾਤਾ ਸਮੇਤ ਕਈ ਸਵਾਰੀਆਂ ਇੱਕ ਪਾਸੇ ਨੂੰ ਡਿੱਗਦੀਆਂ ਡਿੱਗਦੀਆਂ ਬਚੀਆਂ। ਡਿੱਗਣ ਤੋਂ ਬਚਾਅ ਕਰਦਿਆਂ ਸਾਰਿਆਂ ਦੇ ਪਾਈਪ ਨੂੰ ਪਾਏ ਹੱਥਾਂ ਦੀ ਪਕੜ ਹੋਰ ਕਸੀ ਗਈ ਸੀ। ਉਸ ਮਾਤਾ ਤੋਂ ਥੋੜ੍ਹਾ ਪਿੱਛੇ ਸੁਹਜ ਜਿਹੇ ਲਿਬਾਸ ਵਿੱਚ ਸੁਨੱਖੀ ਕੁੜੀ ਖੜੁੱਤੀ ਸੀ। ਮਾਤਾ ਨੂੰ ਸੀਟ ਤੋਂ ਹੋਈ ਨਾ ਉਸਨੇ ਵੀ ਨੋਟ ਕੀਤੀ। ਆਪਣੇ ਆਪ ਨੂੰ ਸੰਭਾਲਦੇ ਹੋਏ ਉਹ ਭੀੜ 'ਚੋਂ ਖਿਸਕਦੀ ਹੋਈ ਮਾਤਾ ਦੇ ਮੂਹਰੇ ਆਣ ਖੜੋਈ ਅਤੇ ਉਸ ਮੁੰਡੇ ਨੂੰ ਥੋੜ੍ਹੀ ਥਾਂ ਦੇਣ ਲਈ ਕਿਹਾ। ਇਸ ਵਾਰ ਟਾਈ ਵਾਲੇ ਬਾਬੂ ਜੀ ਮੁੰਡੇ ਤੋਂ ਪਹਿਲਾਂ ਦਿਆਲੂ ਹੋ ਗਏ। ਉਸਨੇ ਕੁੜੀ ਨੂੰ ਕੋਈ ਨਾ ਜੀ ਕੋਈ ਨਾ, ਆਰਾਮ ਨਾਲ ਬੈਠੋ ਤੁਸੀਂ, ਕਹਿ ਕੇ ਮੁੰਡੇ ਨੂੰ ਆਪਣੀਆਂ ਲੱਤਾਂ ਵਿੱਚ ਖੜ੍ਹਾ ਕਰ ਲਿਆ। ਕੁੜੀ ਨੇ ਉਸੇ ਮਾਤਾ ਦਾ ਝੋਲਾ ਫੜਿਆ ਅਤੇ ਉਸਦਾ ਪਾਈਪ ਨੂੰ ਪਿਆ ਹੱਥ ਛੁੜਵਾ ਕੇ ਖਾਲੀ ਹੋਈ ਉਸ ਸੀਟ ਉੱਤੇ ਬਹਾ ਦਿੱਤਾ। ਐਨਕ ਬਾਬੂ ਦੀਆਂ ਗੁੱਸੇ ਨਾਲ ਲਾਲ ਹੋ ਕੇ ਤਣ ਗਈਆਂ ਅੱਖਾਂ ਅਸੀਂ ਕਈਆਂ ਨੇ ਵੇਖੀਆਂ। ਖੱਬੇ ਪਾਸੇ ਦੋ ਵਾਲੀ ਸੀਟ ਤੋਂ ਇੱਕ ਮੁੰਡਾ ਉੱਠਿਆ,
ਅਤੇ ਹੱਥ ਵਿੱਚ ਫਸਲੀ ਸਪਰੇਅ ਵਾਲਾ ਡੱਬਾ ਫੜ ਕੇ ਖੜੋਤੇ ਬਾਬੂ ਜੀ ਨੂੰ ਬਹਾ ਦਿੱਤਾ। ਮੈਂ ਅਤੇ ਕੁਝ ਹੋਰਾਂ ਨੇ ਸੀਟਾਂ ਛੱਡ ਕੇ ਖੜ੍ਹੇ ਕੁਝ ਹੋਰ ਬਜ਼ੁਰਗਾਂ ਨੂੰ ਬਹਾ ਦਿੱਤਾ। ਬੱਸ ਜਿਵੇਂ ਜਿਵੇਂ ਪੈਂਡਾ ਮਕਾਉਂਦੀ ਗਈ, ਹਰ ਅੱਡੇ 'ਤੇ ਸਵਾਰੀਆਂ ਉਤਰਦੀਆਂ ਚੜ੍ਹਦੀਆਂ ਰਹੀਆਂ ਅਤੇ ਭੀੜ ਘੱਟਦੀ ਗਈ। ਤਲਵੰਡੀ ਪਹੁੰਚਣ ਤੱਕ ਸਵਾਰੀਆਂ ਦੀ ਗਿਣਤੀ ਸੀਟਾਂ ਦੇ ਬਰਾਬਰ ਹੋ ਗਈ ਸੀ। ਖੜਿਆਂ ਵਿੱਚ ਮੈਂ, ਉਸ ਅਨੱਖੀ ਕੁੜੀ ਅਤੇ ਇੱਕ ਹੋਰ ਰਹਿ ਗਿਆ ਸੀ। ਅਗਲੇ ਅੱਡੇ ਐਨਕ ਬਾਬੂ ਦੀ ਪਿਛਲੀ ਲਾਈਨ ਤੋਂ ਤਿੰਨੇ ਸਵਾਰੀਆਂ ਇਕੱਠੀਆਂ ਉਤਰ ਗਈਆਂ। ਮੈਂ ਉਸ ਕੁੜੀ ਨੂੰ ਬੈਠਣ ਲਈ ਕਿਹਾ, ਪਰ ਉਸਦੇ ਸਤਿਕਾਰ ਭਰੇ ਲਹਿਜੇ ਨਾਲ, ਤੁਸੀਂ ਸ਼ੀਸ਼ੇ ਵੱਲ ਬੈਠੋ ਕਹਿਣ ਕਰਕੇ ਮੈਂ ਆਖਰੀ ਸੀਟ ਉੱਤੇ ਬੈਠ ਗਿਆ ਅਤੇ ਮੂਹਰਲੀ ਸੀਟ ਤੋਂ ਐਨਕ ਬਾਬੂ ਦੇ ਖੜਾਏ ਹੋਏ ਮੁੰਡੇ ਨੂੰ ਸੀਟ ਦੇ ਉੱਪਰੋਂ ਦੀ ਖਿਸਕਾ ਕੇ ਮੈਂ ਆਪਣੇ ਖੱਬੇ ਪਾਸੇ ਬਹਾ ਲਿਆ। ਅੰਦਰਲੇ ਪਾਸੇ ਵਾਲੀ ਤੀਜੀ ਸੀਟ ਉੱਤੇ ਕੁੜੀ ਬੈਠ ਗਈ। ਸਵਾਰੀਆਂ ਘਟਣ ਕਰਕੇ ਸ਼ੀਸ਼ਿਆਂ 'ਚੋਂ ਹਵਾ ਆਰ ਪਾਰ ਹੋ ਕੇ ਪਸੀਨੇ ਸੁਕਾਉਣ ਲੱਗ ਪਈ। ਬੇਸ਼ੱਕ ਫਰੀਦਕੋਟ ਪਹੁੰਚਣ ਤੱਕ ਸਾਡੀ ਕੋਈ ਗੱਲਬਾਤ ਨਾ ਹੋਈ, ਪਰ ਮੇਰੇ ਮਨ ਵਿੱਚ ਉਸ ਕੁੜੀ ਪ੍ਰਤੀ ਸਤਿਕਾਰ ਜਾਗ ਆਇਆ ਸੀ। ਸਾਡੀ ਬੱਸ ਅੱਡੇ ਵਿੱਚ ਪਹੁੰਚ ਕੇ ਖਾਲੀ ਹੋਣ ਲੱਗੀ। ਉਹ ਕੁੜੀ ਅੰਦਰਲੇ ਪਾਸੇ ਬੈਠੀ ਹੋਣ ਕਰਕੇ ਮੇਰੇ ਤੋਂ ਪਹਿਲਾਂ ਉਤਰ ਕੇ ਆਪਣੇ ਰਾਹੇ ਪੈ ਗਈ। ਕੁਝ ਦਿਨਾਂ ਬਾਅਦ ਇਸ ਘਟਨਾ ਦੀ ਯਾਦ ਫਿੱਕੀ ਹੋ ਕੇ ਮੇਰੀ ਯਾਦਾਂ ਵਾਲੀ ਪਟਾਰੀ ਵਿੱਚ ਸਟੋਰ ਹੋ ਗਈ। ਪਰ ਉਸ ਕੁੜੀ ਦੀ ਚੰਗਿਆਈ ਅਤੇ ਅਨਪਤ ਦਾ ਪਰਛਾਵਾਂ ਮੇਰੇ ਮਨ ਉੱਤੇ ਉਕਰ ਗਿਆ। 2-3 ਸਾਲ ਲੰਘੇ ਹੋਣਗੇ। ਸ਼ਹਿਰ ਰਹਿੰਦੇ ਹੋਣ ਕਰਕੇ ਮੈਨੂੰ ਕਿਸੇ ਕੰਮ ਲਈ ਮਿਊਨਸੀਪਲਟੀ ਦਫ਼ਤਰ ਜਾਣਾ ਪਿਆ। ਆਪਣੀ ਦਰਖਾਸਤ ਸੰਬੰਧਿਤ ਕਲਰਕ ਮੂਹਰੇ ਰੱਖੀ। ਉਹ ਕਹਿੰਦਾ, ਜੇ ਤੁਸੀਂ ਪਹਿਲਾਂ ਮੈਡਮ ਤੋਂ ਮਾਰਕ ਕਰਵਾ ਲਿਓ। ਅਤੇ ਨਾਲ ਹੀ ਇਸ਼ਾਰੇ ਨਾਲ ਉਸਨੇ ਮੈਡਮ ਦੇ ਦਫ਼ਤਰ ਦਾ ਦਰਵਾਜ਼ਾ ਸਮਝਾ ਦਿੱਤਾ। ਫਾਈਲ ਮੇਰੇ ਖੱਬੇ ਹੱਥ 'ਚ ਸੀ, ਸੱਜੇ ਹੱਥ ਨਾਲ ਚਿੱਕ ਚੁੱਕ ਕੇ ਅੰਦਰ ਚੱਕਿਆ। ਮੈਡਮ ਮੂਹਰੇ ਪਈ ਕਿਸੇ ਫਾਈਲ ਉੱਤੇ ਕੁਝ ਲਿਖ ਰਹੇ ਸੀ। ਅੰਦਰ ਜਾ ਸਕਣ ਦੀ ਆਗਿਆ ਲੈਣ ਵਾਲੀ ਮੇਰੀ ਬੇਨਤੀ ਸੁਣ ਕੇ ਜਿਵੇਂ ਹੀ ਮੈਡਮ ਨੇ ਸਿਰ ਉੱਪਰ ਚੁੱਕਿਆ, ਮੇਰੀਆਂ ਯਾਦਾਂ ਵਿਚਲੀ ਘੰਟੀ ਖੜਕਣ ਲੱਗ ਪਈ। ਮਨ ਗਵਾਹੀ ਭਰਨ ਲੱਗਾ ਕਿ ਮੈਡਮ ਨੂੰ ਕਿਤੇ ਵੇਖਿਆ ਹੋਇਆ, ਯਾਦ ਨਹੀਂ ਸੀ ਆ ਰਿਹਾ। ਕੰਮ ਦਾ ਖਿਆਲ ਭੁੱਲ ਕੇ ਆਪਣੀ ਯਾਦ ਉੱਤੇ ਆਪਣੇ ਆਪ ਜ਼ੋਰ ਪਾਉਣ ਲੱਗ ਪਿਆ। ਅਨਪਤ ਭਰੀ ਮੁਸਕੁਰਾਹਟ ਨਾਲ ਮੈਨੂੰ ਬੈਠਣ ਦਾ ਇਸ਼ਾਰਾ ਹੋਇਆ। ਮੈਂ ਅਜੇ ਇਸ ਮਾਰ ਕੇ ਬੈਠਾ ਨਹੀਂ ਸੀ। ਮੈਡਮ ਨੇ ਘੰਟੀ ਵਜਾਈ, ਸੇਵਾਦਾਰ ਅੰਦਰ ਆਇਆ। 2 ਪਿਆਲੇ ਚਾਹ ਅਤੇ ਕੁਛ ਨਾਲ ਦਾ ਆਰਡਰ ਸੁਣ ਕੇ ਮੈਂ ਆਲੇ ਦੁਆਲੇ ਵੇਖਿਆ। ਮੇਰੇ ਤੋਂ ਬਿਨਾਂ ਤਾਂ ਅੰਦਰ ਕੋਈ ਨਹੀਂ ਸੀ। ਮੈਂ ਰਾਹ ਦੇ ਘੋੜੇ ਹੋਰ ਤੇਜ਼ ਕੀਤੇ। ਮਿੰਟ ਕੁ ਲਾ ਕੇ ਮੈਡਮ ਨੇ ਹੱਥ ਵਿੱਚ ਲਈ ਫਾਈਲ ਦਾ ਕੰਮ ਮੁਕਾਇਆ ਅਤੇ ਨੋਟ ਛੇਪੀ ਲਾ ਕੇ ਪਾਸੇ ਰੱਖ ਦਿੱਤੇ। ਮੈਡਮ ਦੇ ਸਵਾਲ ਨੇ ਮੇਰੀ ਸੋਚ ਨੂੰ ਚਾਬੀ ਚਾੜਤੀ। ਕਿੱਥੇ ਰਹਿੰਦੇ ਹੋ? ਉਸ ਤੋਂ ਬਾਅਦ ਕਦੇ ਦਰਸ਼ਨ ਨਹੀਂ ਹੋਏ ਤੁਹਾਡੇ? ਆਵਾਜ਼ ਮੈਨੂੰ ਜਾਣੀ ਪਹਿਚਾਣ ਲੈਣ ਲੱਗੀ। ਕੀ ਕਹਾਂ, ਦੁਚਿੱਤੀ ਜਿਹੀ 'ਚ ਪੈ ਗਿਆ। ਪਹਿਚਾਣਿਆ ਨਹੀਂ, ਕਹਿਣਾ ਉਸਨੂੰ ਬੁਰਾ ਲੱਗੇਗਾ। ਮੈਂ ਸੋਚੀ ਜਾ ਰਿਹਾ ਸੀ। ਇੱਕ ਵਾਰ ਆਪਾਂ ਮੋਗਿਓਂ ਇਕੱਠੇ ਆਏ ਸੀ ਬੱਸ ਵਿੱਚ। ਮੈਡਮ ਨੇ ਪਹਿਚਾਣ ਲਈ ਭੜਕ ਰਹੇ ਮੇਰੇ ਦਿਮਾਗ ਨੂੰ ਟਿਕਾਣੇ ਪਹੁੰਚਾ ਦਿੱਤਾ। ਧੁੰਦਲਾ ਹੋਇਆ ਬੱਸ ਵਾਲਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਮੂਹਰੇ ਤਾਜ਼ਾ ਹੋ ਗਿਆ। ਸੌਰੀ ਮੈਡਮ, ਵੈਰੀ ਸੌਰੀ। ਅਸਲ ਵਿੱਚ ਮੈਂ ਆਪਣੀ ਫਾਈਲ ਬਾਰੇ ਸੋਚੀ ਜਾ ਰਿਹਾ ਸੀ। ਸਹਿਜ ਹੋਣ ਲਈ ਮੈਂ ਝੂਠ ਨੂੰ ਠੁੰਮਣਾ ਬਣਾਉਣ ਦਾ ਯਤਨ ਕੀਤਾ। ਸੌਰੀ ਕਾਦੀ, ਹੋ ਜਾਂਦਾ ਇੰਝ ਕਦੇ ਕਦਾਈ, ਅਤੇ ਹੋਣਾ ਚਾਹੀਦਾ ਵੀ ਆ। ਮੈਡਮ ਦੇ ਬੁੱਲਾਂ ਉੱਤੇ ਸ਼ਰਾਰਤੀ ਮੁਸਕਰਾਹਟ ਸੀ। ਮੈਨੂੰ ਲੱਗਿਆ ਜਿਵੇਂ ਉਸਨੇ ਮੇਰਾ ਕੱਚਾ ਜਿਹਾ ਝੂਠ ਫੜ ਲਿਆ ਹੋਵੇ। ਸੇਵਾਦਾਰ ਚਾਹ ਦੇ ਕੱਪ 'ਤੇ 2-3 ਤਰ੍ਹਾਂ ਦੇ ਬਿਸਕਟਾਂ ਵਾਲੀ ਪਲੇਟ ਮੇਜ਼ 'ਤੇ ਰੱਖ ਗਿਆ। ਲਓ ਜੀ, ਕਹਿਣ ਤੋਂ ਪਹਿਲਾਂ ਮੈਡਮ ਨੇ ਸੱਜੇ ਹੱਥ ਸਟੋਲ 'ਤੇ ਪਿਆ ਮਿਠਾਈ ਵਾਲੇ ਡੱਬੇ ਉੱਪਰਲੀ ਪੈਕਿੰਗ ਖੋਲ੍ਹ ਕੇ ਮੇਰੇ ਮੂਹਰੇ ਕਰਦਿਆਂ ਚਾਹ ਤੋਂ ਪਹਿਲਾਂ ਮੂੰਹ ਮਿੱਠਾ ਕਰਨ ਲਈ ਕਿਹਾ। ਹੁਣੇ ਕੋਈ ਦੇਖ ਕੇ ਗਿਆ ਸੀ, ਸ਼ਾਇਦ ਉਸਨੂੰ ਤੁਹਾਡੇ ਇੱਥੇ ਆਉਣ ਦੀ ਸੂਹ ਲੱਗ ਗਈ ਹੋਵੇ, ਤਾਂ ਹੀ ਉਹ ਖਾਸ ਤੌਰ 'ਤੇ ਦੇਸੀ ਘਿਓ ਦੇ ਬੂੰਦੀ ਵਾਲੇ ਲੱਡੂ ਦੇ ਕੇ ਗਿਆ। ਮੈਨੂੰ ਲੱਗਿਆ ਜਿਵੇਂ ਮੈਡਮ ਨੂੰ ਫਿਰ ਕੋਈ ਸ਼ਰਾਰਤ ਸੁੱਝੀ ਹੋਵੇ।
ਚਾਹ ਦੀਆਂ ਚੁਸਕੀਆਂ ਭਰਦਿਆਂ ਮੈਡਮ ਨੇ ਆਪਣੇ ਬਾਰੇ ਦੱਸਣ ਤੋਂ ਪਹਿਲਾਂ ਹੁਕਮ ਚਾੜਿਆ ਕਿ ਉਹ ਮੇਰੇ ਤੋਂ ਛੋਟੀ ਆ, ਇਸ ਕਰਕੇ ਮੈਂ ਉਸਦਾ ਨਾਂ ਲੈ ਕੇ ਗੱਲ ਕਰਾਂ। ਸ਼ਾਇਦ ਉਸਨੇ ਫਾਈਲ 'ਤੇ ਲਿਖੀ ਮੇਰੀ ਜਨਮ ਤਰੀਕ ਪੜ੍ਹ ਲਈ ਸੀ। ਉਸਨੇ ਕਿਹਾ ਕਿ ਉਸਦਾ ਪੂਰਾ ਨਾਂ ਤਾਂ ਬਾਹਰ ਬੋਰਡ ਤੋਂ ਮੈਂ ਪੜ੍ਹ ਲਿਆ ਹੋ, ਪਰ ਘਰ ਵਿੱਚ ਉਸਨੂੰ ਸ਼ਰਨ ਕਹਿ ਕੇ ਬੁਲਾਇਆ ਜਾਂਦਾ। ਦੋ ਨਿੱਕੇ ਬੱਚਿਆਂ ਦੀ ਮਾਂ ਅਤੇ ਸਰਕਾਰੀ ਡਾਕਟਰ ਦੀ ਜੀਵਨ ਸਾਥਣ, ਫੌਜੀ ਪਿਤਾ ਅਤੇ ਅਧਿਆਪਕਾਂ ਮਾਂ ਦੀ ਲਾਡਲੀ ਬੇਟੀ, ਸਿਰ ਉੱਤੇ ਵੱਡੇ ਦੋ ਭਰਾਵਾਂ ਦੇ ਹੱਥ। 2 ਮਿੰਟ ਵਿੱਚ ਸਰਨ ਨੇ ਆਪਣੀ ਪਹਿਚਾਣ ਪਟਾਰੀ ਮੇਰੇ ਮੂਹਰੇ ਖੋਲ੍ਹ ਦਿੱਤੀ ਅਤੇ ਮੇਰਾ ਖੁਲਾਸਾ ਸੁਣਨ ਲਈ ਅੱਖਾਂ ਮੇਰੇ ਚਿਹਰੇ 'ਤੇ ਗੜ ਲਈਆਂ। ਸੰਖੇਪ ਵਿੱਚ ਮੈਂ ਆਪਣੇ ਬਾਰੇ ਦੱਸ ਦਿੱਤਾ ਜੋ ਉਸਨੂੰ ਚੰਗਾ ਲੱਗਾ। ਸ਼ਰਨ ਨੇ ਦੱਸਿਆ ਕਿ ਉਹ ਚੰਗੇ ਗੁਣਾਂ ਵਾਲੇ ਇਨਸਾਨਾਂ ਨੂੰ ਆਪਣੀ ਮਾਲਾ 'ਤੇ ਮੰਨ ਕੇ ਸਮਝਦੀ ਆ ਅਤੇ ਉਹਨਾਂ ਦੇ ਕੀਤੇ ਚੰਗੇ ਕੰਮਾਂ ਨੂੰ ਰੋਜ਼ ਯਾਦ ਕਰਦੀ ਆ। ਭਾਅ ਜੀ, ਕੁਦਰਤ ਰਿਸ਼ਤੇ ਬਣਾ ਕੇ ਨਹੀਂ ਭੇਜਦੀ, ਉਸਨੇ ਤਾਂ ਸਾਡੇ ਅੰਦਰ ਇੰਚ ਦਾ ਚੁੰਬਕ ਫਿੱਟ ਕਰ ਦਿੱਤਾ ਜੋ ਆਪਣੇ ਵਰਗਿਆਂ ਪ੍ਰਤੀ ਖਿੱਚ ਰੱਖਦਾ। ਸਾਨੂੰ ਉਹੀ ਚੰਗਾ ਲੱਗੂ ਜੋ ਸਾਡੇ ਵਰਗਾ ਹੋ। ਸਾਡੇ ਮਨ ਦੀ ਖਿੱਚ ਆਪਣੇ ਵਰਗਿਆਂ ਦੀ ਭਾਲ ਵਿੱਚ ਰਹਿੰਦੀ ਆ। ਕਈ ਆਪਣੀ ਚੰਗਿਆਈ ਦੀ ਚਿਣਗ ਸਾਡੇ ਮਨਾਂ ਵਿੱਚ ਪਾਲ ਕੇ ਮੁੜ ਨਹੀਂ ਲੱਭਦੇ। ਜਿਵੇਂ ਬੱਸ ਵਾਲੀ ਗੱਲ ਤੋਂ ਬਾਅਦ ਤੁਸੀਂ ਗਵਾਚ ਗਏ ਸੀ, ਪਰ ਬਹੁਤੀ ਵਾਰ ਕੁਦਰਤ ਕੋਈ ਸਬੱਬ ਬਣਾ ਦਿੰਦੀ ਆ, ਜਿਵੇਂ ਤੁਹਾਨੂੰ ਆਹ ਕੰਮ ਖਿੱਚ ਲਿਆ ਆ। ਨਿਰਸਤੇ ਸਮਾਜ ਰਿਸ਼ਤਿਆਂ ਦੀਆਂ ਵਲੰਗਨਾ ਵਿੱਚ ਵੱਜਾ ਹੋਇਆ, ਪਰ ਮਨਾਂ ਵਿੱਚ ਚੰਗੇ ਲੋਕਾਂ ਦੀ ਯਾਦ ਰਿਸ਼ਤਿਆਂ ਵਾਲਾ ਨਿੱਘ ਬਣਾਈ ਰੱਖਦੀ ਆ। ਸਿੱਖਣ ਦੀ ਲੋਚਾ ਨਾਲ ਅਸੀਂ ਚੰਗਿਆਂ ਤੋਂ ਚੰਗਾ ਸਿੱਖ ਕੇ ਹੋਰ ਚੰਗੇ ਹੋਈ ਜਾਂਦੇ ਹਾਂ। ਮੈਨੂੰ ਪਤਾ ਲੱਗਾ ਕਿ ਮੇਰੇ ਇਸ ਸੀਟ 'ਤੇ ਆਉਣ ਤੋਂ ਪਹਿਲਾਂ ਕਈ ਲੋਕ ਆਪਣੇ ਕੰਮਾਂ ਲਈ ਚੱਕਰ ਮਾਰ ਮਾਰ ਜੁੱਤੀਆਂ ਘਸਾ ਲੈਂਦੇ ਸੀ। ਲੋਕ ਦੱਸਦੇ ਨੇ ਕਿ ਇੱਥੇ ਫਾਈਲਾਂ ਦੇ ਢੇਰ ਲੱਗੇ ਰਹਿੰਦੇ ਸੀ, ਹੁਣ ਵੇਖ ਲਓ ਤੁਹਾਡੇ ਸਾਹਮਣੇ ਆ। ਜਾਇਜ਼ ਕੰਮ ਲਈ ਕਿਸੇ ਨੂੰ ਦੂਜੀ ਵਾਰ ਆਉਣ ਦੀ ਲੋੜ ਨਹੀਂ ਪੈਂਦੀ। ਇਹ ਕੁਝ ਮੈਂ ਤੁਹਾਡੇ ਵਰਗੇ ਚੰਗਿਆਂ ਤੋਂ ਹੀ ਸਿੱਖ ਕੇ ਕਰ ਸਕਣ ਦੇ ਸਮਰੱਥ ਹੋਈ ਹਾਂ। ਆ ਲੱਡੂ ਨਿਰੇ ਮਿੱਠੇ ਅਤੇ ਸਵਾਦ ਹੀ ਨਹੀਂ, ਅਸੀਸਾਂ ਨਾਲ ਵੀ ਗੜੁੱਚ ਨੇ। ਕਿਸੇ ਦੇ ਮਨ 'ਚੋਂ ਨਿਕਲੀ ਅਸੀਸ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਦਿੰਦੀ ਆ। ਸਵਰ ਸੰਤੋਖ ਨਾਲ ਮਾਲਾਮਾਲ ਹੋ ਜਾਏਗਾ। ਕਿਸੇ ਦੇ ਦੁੱਖਾਂ ਨਾਲ ਭਖਦੇ ਮਨ 'ਚੋਂ ਨਿਕਲੀ ਬਦਦੁਆ ਦੀ ਧੂੰਏ ਦੀ ਅੱਗ ਸੋਨੇ ਦੀ ਲੰਕਾ ਵੀ ਰਾਖ ਕਰ ਦਿੰਦੀ ਆ। ਭਾਅ ਜੀ, ਅਸੀਂ ਇਹ ਸੋਚ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਕਿ ਸਾਡੇ ਕੀਤਿਆਂ ਕੀ ਫਰਕ ਪੈ ਜੂ। ਚਿੜੀ ਵੱਲੋਂ ਜੰਗਲ ਦੀ ਅੱਗ ਬੁਝਾਉਣ ਵਾਲੀ ਮਿਸਾਲ ਸਾਡੇ ਚੇਤਿਆਂ ਵਿੱਚ ਵਸੀ ਰਹਿਣੀ ਚਾਹੀਦੀ ਆ। ਦੂਜੇ ਨੂੰ ਬੁਰਾ ਕਹਿਣ ਅਤੇ ਉਸ ਤੋਂ ਦੂਰੀ ਦੀ ਥਾਂ ਆਪਣੇ ਆਪ ਨੂੰ ਬੁਰਾਈ ਤੋਂ ਬਚਾ ਕੇ ਰੱਖਣ ਦੀ ਲੋੜ ਹੁੰਦੀ ਆ। ਸ਼ਰਨ ਦੀਆਂ ਗੱਲਾਂ ਮੇਰੇ ਮਨ ਵਿੱਚ ਧੱਸ ਰਹੀਆਂ ਸੀ। ਮੈਨੂੰ ਕਿਸੇ ਦੀਵੀ ਮੂਹਰੇ ਬੈਠਾ ਮਹਿਸੂਸ ਹੋਣ ਲੱਗ ਪਿਆ। ਕੰਮਾਂ ਵਾਲੇ ਲੋਕ ਬਾਹਰ ਉਡੀਕ ਵਿੱਚ ਸਨ। ਸ਼ਰਨ ਨੇ ਮੇਰਾ ਫੋਨ ਨੰਬਰ ਪੁੱਛ ਕੇ ਉਸ ਉੱਤੇ ਆਪਣੇ ਮੋਬਾਈਲ ਫੋਨ ਤੋਂ ਮਿਸ ਕਾਲ ਮਾਰ ਕੇ ਆਪਣਾ ਨੰਬਰ ਪਹੁੰਚਾ ਦਿੱਤਾ। ਉਸਨੇ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਰਹਿਣ ਦਾ ਵਾਅਦਾ ਮੇਰੇ ਤੋਂ ਲਿਆ ਅਤੇ ਕਦੇ ਪਰਿਵਾਰਾਂ ਦੇ ਮੇਲ ਮਿਲਾਪ ਦੀ ਇੱਛਾ ਪ੍ਰਗਟਾਈ। ਆਖਿਰ ਉਸਨੇ ਮੇਰੀ ਫਾਈਲ ਖੋਲ੍ਹੀ, ਉਸਨੂੰ ਘੋਖਿਆ, ਉਸ ਉੱਤੇ ਅਪਰੂਵਡ ਵਾਲੀ ਮੋਹਰ ਲਾ ਕੇ ਦਸਤਖਤ ਕੀਤੇ ਅਤੇ ਮੇਰੇ ਹੱਥ ਫੜਾਈ। ਘਰ ਪਹੁੰਚ ਕੇ ਮੈਂ ਸੋਚੀ ਜਾ ਰਿਹਾ ਸੀ, ਇੰਝ ਦੇ ਲੋਕ ਅਜੇ ਸਰਕਾਰੀ ਦਫ਼ਤਰਾਂ ਵਿੱਚ ਹੋਣ ਕਰਕੇ ਹੀ ਸਿਸਟਮ ਚੱਲੇ ਜਾ ਰਿਹਾ। ਦਿਨ ਮਹੀਨੇ ਅਤੇ ਸਾਲ ਲੰਘਦੇ ਗਏ, ਕਿਸੇ ਦੇ ਕੰਮ ਆ ਸਕਣਾ ਔਖਾ ਲੱਗਦਾ ਤਾਂ ਸ਼ਰਨ ਦੇ ਦਫ਼ਤਰ ਵਾਲੀ ਰੀਲ ਮੇਰੇ ਮਨ 'ਚ ਘੁੰਮਣ ਲੱਗਦੀ। ਮੇਰਾ ਡੋਲਿਆ ਹੌਂਸਲਾ ਅਡੋਲ ਹੋ ਜਾਂਦਾ। ਖਾਸ ਤਿੱਥ ਤਿਉਹਾਰਾਂ ਮੌਕੇ ਅਸੀਂ ਇੱਕ ਦੂਜੇ ਨਾਲ ਸ਼ੁਭ ਕਾਮਨਾਵਾਂ ਸਾਂਝੀਆਂ ਕਰਦੇ। ਉਹ ਮੈਨੂੰ ਭਾਅ ਜੀ ਕਹਿ ਕੇ ਸੰਬੋਧਨ ਹੁੰਦੀ ਅਤੇ ਮੈਂ ਉਸਦਾ ਨਾਂ ਲਿਖਦਾ। ਸਾਡਾ ਮਿਲਣ ਦਾ ਸਬੱਬ ਕਦੇ ਬਣ ਨਾ ਸਕਿਆ, ਸਾਡੇ ਵੱਲੋਂ ਇਹ ਉਚੇਚ ਕੀਤਾ ਵੀ ਨਹੀਂ ਸੀ ਗਿਆ। ਜਾਣ ਪਹਿਚਾਣ ਹੋਈ ਨੂੰ 2.5-3 ਸਾਲ ਲੰਘੇ ਹੋਣਗੇ। ਸਾਡੇ ਗਵਾਂਢੀ ਨੂੰ ਮਿਊਂਸੀਪੈਲਿਟੀ ਦਫ਼ਤਰ ਵਿੱਚ ਮੇਰੇ ਵਰਗਾ ਹੀ ਕੰਮ ਸੀ।
ਕੁਝ ਸਾਲ ਪਹਿਲਾਂ ਵੀ ਉਸਨੂੰ ਇੰਜ ਤੇ ਕੰਮ ਕਰਕੇ ਹੋਈ ਖੱਜਲ ਖੁਆਰੀ ਯਾਦ ਸੀ। ਉਸ ਦੀ ਪਰੇਸ਼ਾਨੀ ਸਮਝ ਕੇ ਮੈਂ ਸ਼ਰਨ ਨੂੰ ਫੋਨ ਕੀਤਾ। ਮੋਬਾਈਲ ਫੋਨ ਬੰਦ ਆ ਰਿਹਾ ਸੀ। ਘਬਰਾਹਟ ਹੋਣੀ ਕੁਦਰਤੀ ਸੀ। ਇੰਜ ਤੇ ਮੌਕੇ ਬੁਰੇ ਖਿਆਲ ਆ ਹੀ ਜਾਂਦੇ ਨੇ, ਪਰ ਮਨ ਨੂੰ ਧਰਵਾਸ ਦੇਣ ਲਈ ਨੰਬਰ ਬਦਲ ਲਿਆ ਹੋ ਕਹਿ ਲਿਆ। ਪਰ ਨਾਲ ਹੀ ਮਨ ਨੇ ਸਵਾਲ ਕਰ ਲਿਆ, ਜੇ ਸ਼ਰਨ ਨੰਬਰ ਬਦਲਦੀ ਤਾਂ ਉਸਨੇ ਦੱਸਣਾ ਜ਼ਰੂਰ ਸੀ, ਪਰ ਉਹ ਭੁੱਲ ਕਿਉਂ ਗਈ ਹੋ? ਮੇਰਾ ਮਨ ਬੇਚੈਨ ਹੋਣ ਲੱਗ ਪਿਆ। ਘੜੀ ਵੇਖੀ ਤਾਂ ਦਫ਼ਤਰ ਬੰਦ ਹੋਣ ਦਾ ਸਮਾਂ ਲੰਘੀ ਨੂੰ ਘੰਟਾ ਹੋ ਗਿਆ ਸੀ। ਮੈਂ ਰਾਤ ਬੇਚੈਨੀ ਵਿੱਚ ਕੱਟੀ। ਬੁਰੇ ਖਿਆਲ ਪਿੱਛਾ ਨਹੀਂ ਸੀ ਛੱਡ ਰਹੇ। ਘੜੀ ਵੇਖ ਵੇਖ ਕੇ ਰਾਤ ਲੰਘਾਈ, ਮਿੰਟ ਘੰਟਿਆਂ ਵਾਂਗ ਲੰਘ ਰਹੇ ਸੀ। ਸਵੇਰ ਹੋਈ ਤਾਂ ਦਫ਼ਤਰ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਉੱਥੇ ਪਹੁੰਚ ਗਿਆ। ਹੈਰਾਨ ਹੋਏ ਸੇਵਾਦਾਰ ਨੇ ਝਾੜੂ ਪਾਸੇ ਰੱਖ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਕੰਮ ਪੁੱਛਿਆ। ਮੈਡਮ ਵਾਲੀ ਸ਼ਾਖਾ ਨਾਲ ਕੰਮ ਬਾਰੇ ਸੁਣ ਕੇ ਉਸਨੇ ਦੱਸਿਆ ਕਿ ਉਹ ਤਾਂ ਕਈ ਦਿਨਾਂ ਤੋਂ ਚੰਡੀਗੜ੍ਹ PGI ਦਾਖਲਾ। ਮੈਂ ਜਲਦੀ ਨਾਲ ਘਰ ਪਹੁੰਚਾ। ਪਤਨੀ ਅਚਾਨਕ ਮੇਰੀ ਚੰਡੀਗੜ੍ਹ ਦੀ ਤਿਆਰੀ ਤੋਂ ਹੈਰਾਨ ਹੋ ਗਈ। ਇੱਕ ਦੋ ਵਾਰ ਪਤਨੀ ਨਾਲ ਗੱਲ ਤਾਂ ਹੋਈ ਸੀ ਸ਼ਰਨ ਬਾਰੇ, ਪਰ ਮੈਂ ਮਨ ਵਾਲੀ ਵਿਚਾਰਕ ਨੇੜਤਾ ਦਾ ਜ਼ਿਕਰ ਨਹੀਂ ਸੀ ਕਰ ਸਕਿਆ। ਪਹਿਲਾਂ ਸੋਚਿਆ ਦੱਸ ਕੇ ਚੰਡੀਗੜ੍ਹ ਜਾਵਾਂ, ਪਰ ਕਾਹਲ ਵਿੱਚ ਸੱਚ ਦੱਸਣ ਦਾ ਮੌਕਾ ਨਹੀਂ, ਇਹ ਸੋਚ ਕੇ ਟਾਲ ਗਿਆ। ਆਪਣੇ ਦਫ਼ਤਰੀ ਕੰਮ ਬਾਰੇ ਕਹਿ ਕੇ ਚੱਲ ਪਿਆ। 3.5 ਘੰਟਿਆਂ ਦਾ ਸਫ਼ਰ ਮੇਰੇ ਲਈ ਔਖਾ ਹੋ ਗਿਆ। 80-90 ਦੀ ਰਫ਼ਤਾਰ 'ਤੇ ਚਲਾ ਰਹੇ ਬੱਸ ਡਰਾਈਵਰ ਉੱਤੇ ਗੁੱਸਾ ਆਈ ਜਾਵੇ। ਟੈਕਸੀ ਲੈ ਕੇ PGI ਪਹੁੰਚਾ। ਰਿਸੈਪਸ਼ਨ ਤੋਂ ਦਾਖਲ ਮਰੀਜ਼ਾਂ ਵਾਲੀ ਸੂਚੀ ਤੋਂ ਸ਼ਰਨ ਅਤੇ ਉਸਦੇ ਪਤੀ ਦਾ ਨਾਂ ਪੜ੍ਹ ਕੇ ਲੱਤਾਂ ਕੰਬਣ ਲੱਗੀਆਂ। ਉਹ ਕਿਡਨੀ ਸ਼ਾਖਾ ਵਾਲੀ ICU ਵਿੱਚ ਦਾਖਲ ਸੀ। ਮਰੀਜ਼ ਸੂਚੀ ਵਿੱਚੋਂ ਹੀ ਉਸਦੇ ਪਤੀ ਦਾ ਨੰਬਰ ਲੈ ਕੇ ਫੋਨ ਕੀਤਾ। ਮੂਹਰਿਓਂ ਹੈਲੋ ਦੀ ਮੱਧਮ ਜਿਹੀ ਆਵਾਜ਼ ਆਈ। ਮੈਂ ਆਪਣੀ ਪਹਿਚਾਣ ਦੱਸੀ। ਅੱਛਾ, ਫਰੀਦਕੋਟ ਵਾਲੇ ਪ੍ਰੀਤ ਮੋਹਨ ਸਿੰਘ। ਇਸ ਵਾਰ ਆਵਾਜ਼ ਕੁਝ ਉੱਚੀ ਸੀ। ਕੌਣ ਭਾਜੀ ਨੇ? ਆਵਾਜ਼ ਥਿੜਕਵੀਂ ਅਤੇ ਥੋੜ੍ਹਾ ਹਟਮੀ ਸੀ, ਪਰ ਮੈਂ ਪਹਿਚਾਣ ਲਿਆ ਸ਼ਰਨ ਸੀ। ਉਸਨੇ ਪਤੀ ਦੇ ਮੂੰਹੋਂ ਮੇਰਾ ਨਾਂ ਸੁਣ ਲਿਆ ਸੀ। ਰਿਸੈਪਸ਼ਨ 'ਤੇ ਆ ਰਿਹਾ ਕਹਿ ਕੇ ਡਾਕਟਰ ਸਿੱਧੂ ਨੇ ਫੋਨ ਕੱਟ ਦਿੱਤਾ। ਰਿਸੈਪਸ਼ਨ ਹਾਲ 'ਚ ਵੜਦੀ ਡਾਕਟਰ ਸਿੱਧੂ ਦੀਆਂ ਨਜ਼ਰਾਂ ਮੇਰੇ ਨਾਲ ਟਕਰਾ ਗਈਆਂ। 2 ਸਾਲ ਪਹਿਲਾਂ ਅਖਬਾਰ ਵਿੱਚ ਕਿਸੇ ਖਬਰ ਦੇ ਨਾਲ ਛਪੀ ਉਹਨਾਂ ਦੀ ਫੋਟੋ ਮੇਰੇ ਜ਼ਿਹਨ 'ਚ ਉੱਕਰ ਆਈ ਸੀ। ਮੇਰੇ ਵੱਲੋਂ ਇਹ ਕਿੰਜ ਹੋ ਗਿਆ? ਪੁੱਛਣ ਤੋਂ ਪਹਿਲਾਂ ਹੀ ਡਾਕਟਰ ਸਿੱਧੂ ਨੇ ਦੱਸਣਾ ਸ਼ੁਰੂ ਕਰ ਦਿੱਤਾ। ਸ਼ਾਇਦ ਉਹਨਾਂ ਨੂੰ ਆਪਣੀ ਭੁੱਲ ਯਾਦ ਆ ਗਈ ਹੋਵੇ ਕਿ ਪਰਿਵਾਰ 'ਤੇ ਆਈ ਕਿਸੇ ਔਖੇ ਘੜੀ ਬਾਰੇ ਦੱਸਣ ਦੀ ਪਹਿਲ ਆਪਣਿਆਂ ਤੋਂ ਸ਼ੁਰੂ ਕਰੀਦੀ ਆ। ਭਾਅ ਜੀ, 2.5 ਮਹੀਨਿਆਂ ਤੋਂ ਸ਼ਰਨ ਕਮਜ਼ੋਰੀ ਮਹਿਸੂਸ ਕਰ ਰਹੀ ਸੀ, ਪਰ ਉਹ ਇਸ ਨੂੰ ਆਮ ਜਿਹੀ ਗੱਲ ਸਮਝਦੀ ਰਹੀ। 20 ਦਿਨ ਪਹਿਲਾਂ ਦਫ਼ਤਰੋਂ ਘਰ ਪਹੁੰਚੀ ਹੀ ਸੀ ਕਿ ਅਚਾਨਕ ਚੱਕਰ ਆਇਆ ਅਤੇ ਫਿਰ ਉਸ ਤੋਂ ਉੱਠ ਹੀ ਨਹੀਂ ਹੋਇਆ। ਮੈਂ ਹਸਪਤਾਲ ਡਿਊਟੀ 'ਤੇ ਸੀ। ਸ਼ਾਇਦ ਤੁਹਾਨੂੰ ਪਤਾ ਹੀ ਹੋ ਮੇਰੀ ਬਦਲੀ ਬਰਨਾਲੇ ਹੋ ਗਈ ਹੋਈ ਆ। ਮੇਰੇ ਕਹਿਣ 'ਤੇ ਘਰ ਵਾਲੇ ਇੱਥੇ ਲੈ ਆਏ ਸੀ। ਟੈਸਟਾਂ ਦੀ ਰਿਪੋਰਟ ਆਈ ਤਾਂ ਸਾਡੀ ਹਾਲਤ ਅਚਾਨਕ ਡਿੱਗੀ ਬੰਬ ਵਰਗੀ ਹੋ ਗਈ। ਦੋਵੇਂ ਕਿਡਨੀਆਂ ਅੱਗੜ ਪਿੱਛੜ ਖਰਾਬ ਹੋ ਗਈਆਂ ਸੀ। ਡਾਇਲਸਿਸ ਦੇ ਆਸਰੇ ਕਿੰਨਾ ਕੁ ਚਿਰ ਜੀਵਿਆ ਜਾ ਸਕਦਾ? ਹੁਣ ਤਾਂ ਇਸ ਦੀ ਜਾਨ ਕਿਸੇ ਦਾਨੀ ਦੀ ਮਨ ਮਿਹਰ ਉੱਤੇ ਨਿਰਭਰ ਹੋ ਗਈ ਆ। ਜ਼ਿੰਦਗੀ ਦੇ ਸਵਾਲ ਤੱਕ ਪੁੱਜ ਕੇ ਡਾਕਟਰ ਸਿੱਧੂ ਦਾ ਗਲਾ ਜਵਾਬ ਦੇ ਗਿਆ। ਉਂਝ ਵੀ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਦੱਸ ਕੇ ਉਸਨੇ ਮੇਰੇ ਮੂਹਰੇ ਦਾਨੀ ਲੱਭਣ ਵਾਲਾ ਤਰਲਾ ਵੀ ਮਾਰ ਦਿੱਤਾ ਸੀ। ਮੈਨੂੰ ਉੱਤੇ ਬਹਾ ਕੇ ਡਾਕਟਰ ਸਿੱਧੂ ਮੈਨੂੰ ਮਰੀਜ਼ ਨਾਲ ਮਿਲਾਉਣ ਦੀ ਆਗਿਆ ਪਰਚੀ ਲੈਣ ਚਲੇ ਗਏ। 5 ਮਿੰਟਾਂ ਬਾਅਦ ਉਹਨਾਂ ਦਾ ਇਸ਼ਾਰਾ ਸਮਝ ਕੇ ਮੈਂ ਪਿੱਛੇ ਪਿੱਛੇ ਚੱਲ ਪਿਆ। ਲਿਫਟ ਰਾਹੀਂ 4th ਮੰਜ਼ਲ ਪਹੁੰਚ ਕੇ ਥੋੜ੍ਹੀ ਦੂਰ ICU ਵਾਰਡ ਦਾ ਬੋਰਡ ਮੈਂ ਪੜਿਆ। ਉਹਨਾਂ ਦਰਵਾਜ਼ਾ ਲੰਘ ਕੇ ਨਰਸ ਨੂੰ ਆਗਿਆ ਪਰਚੀ ਵਿਖਾਈ। ਨਰਸਾਂ ਨੇ ਮੈਨੂੰ ਮਾਸਕ ਅਤੇ ਦਸਤਾਨੇ ਪੁਆਏ ਅਤੇ ਕੁਝ ਨਸੀਹਤਾਂ ਦਿੰਦੇ ਹੋਏ
ਡਾਕਟਰ ਸਿੱਧੂ ਦੇ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ। ਥੋੜ੍ਹਾ ਅੱਗੇ ਜਾ ਕੇ ਅਸੀਂ ਕੋਨੇ ਵਾਲੇ ਕਮਰੇ ਵਿੱਚ ਪਹੁੰਚ ਗਏ। ਸ਼ਰਨ ਨੂੰ ਪਹਿਚਾਨਣਾ ਔਖਾ ਹੋ ਗਿਆ ਸੀ। ਬਾਹਾਂ ਵਿੱਚ ਹੋਈ ਹਰਕਤ ਤੋਂ ਹੀ ਮੈਂ ਸਮਝ ਗਿਆ ਸੀ ਕਿ ਉਹ ਹੱਥ ਜੋੜਨ ਦੇ ਯਤਨ ਕਰ ਰਹੀ ਆ। ਉਸਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਲੈ ਕੇ ਮੈਂ ਆਪਣੇ ਮੱਥੇ ਨਾਲ ਲਾਏ। ਫਰਕ ਦੇ ਬੁੱਲਾਂ ਤੋਂ ਮੈਂ ਸਮਝ ਲਿਆ ਸੀ ਕਿ ਉਸਨੂੰ ਸ਼ਬਦ ਨਹੀਂ ਔੜ ਰਹੇ, ਉਹ ਭਾਵੁਕਤਾ ਸਮੇਟਣ ਦੇ ਅਸਫਲ ਯਤਨ ਕਰ ਰਹੀ ਸੀ। ਭਾਅ ਜੀ, ਬਹੁਤ ਚੰਗਾ ਕੀਤਾ, ਮੈਂ ਕਈ ਦਿਨਾਂ ਤੋਂ ਉਡੀਕਦੀ ਸੀ। ਜਾਂਦੀ ਵਾਰ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸਦੀਆਂ ਅੱਖਾਂ ਵਹਿਣ ਲੱਗ ਪਈਆਂ ਅਤੇ ਆਵਾਜ਼ ਸਾਥ ਛੱਡ ਗਈ। ਮੈਨੂੰ ਕਿਸੇ ਮਨੋਵਿਗਿਆਨੀ ਦਾ ਕਿਹਾ ਯਾਦ ਆਇਆ, ਇਹੋ ਜਿਹੇ ਮੌਕੇ ਮਰੀਜ਼ ਨੂੰ ਦਿੱਤਾ ਹੌਂਸਲਾ ਮਰੀਜ਼ ਦੇ ਸਰੀਰ ਵਿੱਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਧਾ ਦਿੰਦਾ। ਨਰਸ ਦੀ ਹਦਾਇਤ ਅਨੁਸਾਰ ਜਜ਼ਬਾਤਾਂ 'ਤੇ ਕਾਬੂ ਪਾ ਕੇ ਮੈਂ ਜੋ ਵੀ ਚੰਗਾ ਕਹਿ ਸਕਦਾ ਸੀ ਸ਼ਰਨ ਨੂੰ ਕਿਹਾ। ਮਰੀਜ਼ ਕੋਲ ਰਹਿ ਸਕਣ ਦੇ ਮਿੰਟ ਖਤਮ ਹੋ ਗਏ ਸਨ। ਇਸ ਤੋਂ ਪਹਿਲਾਂ ਕਿ ਨਰਸ ਆ ਕੇ ਕੁਝ ਕਹਿੰਦੀ, ਡਾਕਟਰ ਸਿੱਧੂ ਨੇ ਮੈਨੂੰ ਇਸ਼ਾਰਾ ਕੀਤਾ ਅਤੇ ਅਸੀਂ ਬਾਹਰ ਆ ਗਏ। ਕਿਡਨੀ ਟ੍ਰਾਂਸਪਲਾਂਟ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ ਉਦੋਂ ਤੱਕ। ਮੈਂ ਡਾਕਟਰ ਸਿੱਧੂ ਨੂੰ ਦਾਨੀ ਕਿਹੋ ਜਿਹਾ ਹੋਣਾ ਚਾਹੀਦਾ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ। ਡਾਕਟਰ ਸਿੱਧੂ ਨੇ ਦੱਸਿਆ ਕਿ ਦਾਨੀ ਦੇ ਲਹੂ ਦਾ ਗਰੁੱਪ ਮਰੀਜ਼ ਨਾਲ ਮਿਲਦਾ ਹੋਣਾ ਇਸ ਦੀ ਮੁੱਢਲੀ ਲੋੜ ਆ। ਉਸ ਤੋਂ ਬਾਅਦ ਕੁਝ ਹੋਰ ਟੈਸਟਾਂ ਵਿੱਚ ਇਕਸਾਰਤਾ ਹੋਣੀ ਚਾਹੀਦੀ ਆ ਜੋ ਆਮ ਕਰਕੇ ਸਾਂਝੇ ਲਹੂ ਗਰੁੱਪ ਵਾਲਿਆਂ ਵਿੱਚ ਹੋ ਹੀ ਜਾਂਦੀ ਆ। ਚੈੱਕ ਕਿੱਥੋਂ ਅਤੇ ਕਿਵੇਂ ਕਰਾਈਦਾ? ਸ਼ਰਨ ਦਾ ਗਰੁੱਪ ਕਿਹੜਾ? ਬਲੱਡ ਗਰੁੱਪ ਅਤੇ ਕੁਝ ਹੋਰ ਇੱਕੋ ਤਰ੍ਹਾਂ ਦਾ ਹੋਣ ਦੀ ਗੱਲ ਪੂਰੀ ਹੋਣ ਤੋਂ ਬਾਅਦ ਹੀ ਆਪ ਮੁਹਾਰੇ ਮੂੰਹੋਂ ਨਿਕਲ ਗਿਆ। ਉਹਨਾਂ ਦੇ ਮੂੰਹੋਂ ਇਹ ਪੋਜ਼ਿਟਿਵ ਨਿਕਲਦਿਆਂ ਏ ਮੇਰੇ ਮਨ ਨੇ ਜ਼ੋਰ ਦੀ ਹੁੱਜ ਮਾਰੀ, ਵੇਖੀ ਕਿਤੇ ਮੌਕਾ ਨਾ ਖੁੰਝਾ ਲਈ। ਕਾਲਜ ਪੜ੍ਹਦਿਆਂ ਸਾਡੇ ਖੂਨ ਟੈਸਟ ਹੋਏ ਸੀ ਅਤੇ ਮੈਨੂੰ ਆਪਣਾ ਗਰੁੱਪ ਯਾਦ ਸੀ। ਇਸ ਤੋਂ ਪਹਿਲਾਂ ਕਿ ਡਾਕਟਰ ਸਿੱਧੂ ਵਿਸਥਾਰ ਨੂੰ ਅਗਾਂਹ ਤੋਰਦੇ, ਮੈਂ ਆਪ ਮੁਹਾਰੇ ਉੱਠ ਖੜੋਇਆ। ਡਾਕਟਰ ਸਾਹਿਬ, ਗਰੁੱਪ 'ਤੇ ਮੇਰਾ ਵੀ ਇਹੋ ਹੀ ਆ, ਚਲੋ ਚੈੱਕ ਕਰੀਏ। ਡਾਕਟਰ ਸਿੱਧੂ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖੀ ਜਾਣ। ਪਲ ਦੋ ਪਲ ਉਹ ਉਂਝ ਹੀ ਮੇਰੇ ਵੱਲ ਝਾਕਦੇ ਰਹੇ। ਮੈਨੂੰ ਲੱਗਿਆ ਉਹਨਾਂ ਨੂੰ ਮੇਰੇ ਉੱਤੇ ਯਕੀਨ ਨਾ ਵੱਜ ਰਿਹਾ ਹੋਵੇ। ਹੋ ਸਕਦਾ ਇਹ ਸੋਚਦੇ ਹੋਣਗੇ ਇਹ ਕਮਲਾ ਤਾਂ ਨਹੀਂ ਹੋ ਗਿਆ। ਦੋ ਕੁ ਮਿੰਟ ਸਾਡੇ ਦੋਹਾਂ ਕੋਲ ਕਹਿਣ ਲਈ ਕੁਛ ਨਹੀਂ ਸੀ, ਬਸ ਉਹ ਮੇਰੇ ਵੱਲ ਵੇਖਦੇ ਰਹੇ ਅਤੇ ਮੈਂ ਉਹਨਾਂ ਦੇ ਚਿਹਰੇ ਦੇ ਬਦਲ ਦੇ ਤੀਵਰ ਤੱਕਦਾ ਰਿਹਾ। ਥੋੜ੍ਹਾ ਸੰਭਲ ਕੇ ਬੋਲੇ, ਪ੍ਰੀਤ ਜੀ, ਇਹ ਕੰਮ ਇੰਨਾ ਸੌਖਾ ਨਹੀਂ ਜਿੰਨੀ ਸਹਿਜਤਾ ਨਾਲ ਤੁਸੀਂ ਕਹਿ ਗਏ ਹੋ। ਪਹਿਲਾਂ ਤੁਸੀਂ ਘਰ ਜਾ ਕੇ ਆਪਣਾ ਮਨ ਬਣਾਓ, ਫਿਰ ਪਰਿਵਾਰ ਨੂੰ ਭਰੋਸੇ ਵਿੱਚ ਲਓ। ਜੇ ਤੁਹਾਡੀ ਪਤਨੀ, ਬੱਚੇ ਅਤੇ ਮਾਪੇ ਸਹਿਮਤੀ ਪ੍ਰਗਟਾਉਣ ਤਾਂ ਇਸ ਤੋਂ ਅਗਾਂਹ ਚੱਲਾਂਗੇ, ਪਰ ਉਸ ਵਾਸਤੇ ਕਾਫੀ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨੀ ਪਏਗੀ, ਉਹ ਸ਼ੁਰੂ ਕਰਾਂਗੇ। ਨਹੀਂ ਡਾਕਟਰ ਸਾਹਿਬ, ਮੈਂ ਤਿਆਰ ਹਾਂ, ਤੁਸੀਂ ਮੇਰੇ ਟੈਸਟ ਕਰਾਓ। ਸ਼ਰਨ ਵਰਗੀਆਂ ਚੰਗੀਆਂ ਰੂਹਾਂ ਘਰ ਘਰ ਪੈਦਾ ਨਹੀਂ ਹੁੰਦੀਆਂ ਅਤੇ ਮੈਨੂੰ ਉਸਦੀ ਜਾਨ ਦੀ ਪਰਵਾਹ ਆਪਣੀ ਤੋਂ ਵੱਧ ਆ। ਪਤਾ ਨਹੀਂ ਮੇਰੇ ਤੋਂ ਹੋਰ ਕੀ ਕਹਿ ਹੋ ਗਿਆ। ਮੈਨੂੰ ਜਜ਼ਬਾਤਾਂ 'ਚੋਂ ਉਭਰਨ ਲਈ ਡਾਕਟਰ ਸਿੱਧੂ ਬਾਹਰ ਲੈ ਆਏ। ਥੋੜ੍ਹੀ ਦੂਰ ਸੜਕ ਦੇ ਦੂਜੇ ਪਾਸੇ ਬਣੀ ਕੰਟੀਨ 'ਚ ਜਾ ਬੈਠੇ। ਉਹਨਾਂ ਕੌਫੀ ਅਤੇ ਕੁਛ ਖਾਣ ਲਈ ਮੰਗਵਾਇਆ। ਮੈਂ ਸਮਝ ਰਿਹਾ ਸੀ ਕਿ ਉਹ ਮੈਨੂੰ ਸਹਿਜ ਕਰਨ ਦਾ ਯਤਨ ਕਰ ਰਹੇ ਨੇ। ਅਸੀਂ ਕੋਨੇ ਵਾਲੇ ਟੇਬਲ 'ਤੇ ਬੈਠੇ ਸੀ। ਮੈਂ ਪਤਨੀ ਨੂੰ ਫੋਨ ਲਾਇਆ। ਚੰਡੀਗੜ੍ਹ ਆਉਣ ਦੇ ਕਾਰਨ ਦਾ ਸੱਚ ਨਾ ਦੱਸਣ ਲਈ ਸੌਰੀ ਕਹਿ ਕੇ ਉਸ ਨੂੰ ਸਭ ਦੱਸਿਆ। ਨਾਰਾਜ਼ਗੀ ਜਿਤਾਉਣ ਦੀ ਥਾਂ ਵੀਰਪਾਲ ਨੇ ਘਰ ਦਾ ਫਿਕਰ ਛੱਡ ਕੇ ਸ਼ਰਨ ਦੀ ਦੇਖਭਾਲ 'ਤੇ ਚੰਡੀਗੜ੍ਹ ਰਹਿ ਕੇ ਡਾਕਟਰ ਸਿੱਧੂ ਦੀ ਮਦਦ ਬਾਰੇ ਕਹਿ ਕੇ ਮੇਰਾ ਹੌਂਸਲਾ ਵਧਾ ਦਿੱਤਾ। ਮੇਰੇ ਤੋਂ ਗਲਤੀ ਨਾਲ ਫੋਨ ਦੀ ਸਕਰੀਨ ਉੱਤੇ ਸਪੀਕਰ ਉੱਤੇ ਉਂਗਲੀ ਵੱਜਣ ਕਰਕੇ ਡਾਕਟਰ ਸਿੱਧੂ ਨੇ ਸਾਡੀ ਸਾਰੀ ਗੱਲ ਸੁਣ ਲਈ ਸੀ। ਮੈਂ ਨੋਟ ਕੀਤਾ, ਉਹਨਾਂ ਦੇ ਚਿਹਰੇ ਉੱਤੇ ਤਸੱਲੀ ਅਤੇ ਉਮੀਦ ਵਾਲੀ ਰੰਗਤ ਉੱਭਰ ਆਈ ਸੀ। ਕੌਫੀ ਦੇ ਘੁੱਟ ਭਰਦਿਆਂ ਡਾਕਟਰ ਸਿੱਧੂ ਦੱਸਦੇ ਗਏ ਕਿ ਜੇ ਟੈਸਟਾਂ ਵਿੱਚ
ਸਾਰਾ ਕੁਝ ਠੀਕ ਹੋਇਆ ਤਾਂ ਸਰਕਾਰ ਤੋਂ ਗੁਰਦਾ ਦਾਨੀ ਵਜੋਂ ਮਨਜ਼ੂਰੀ ਲੈਣੀ ਪਏਗੀ। ਉਹਨਾਂ ਟੈਸਟ ਤੋਂ ਬਾਅਦ ਘਰ ਜਾ ਕੇ ਫਿਰ ਤੋਂ ਸੋਚ ਵਿਚਾਰ ਕਰਨ ਬਾਰੇ ਕਿਹਾ। ਮੈਂ ਫਿਰ ਦ੍ਰਿੜਤਾ ਪ੍ਰਗਟਾਉਂਦੇ ਹੋਏ ਕਿਹਾ, ਨਾ ਮੈਂ ਜ਼ਿੱਦ ਕਰ ਰਿਹਾ, ਨਾ ਜਜ਼ਬਾਤੀ ਹੋ ਕੇ ਕਹਿ ਰਿਹਾ। ਜੋ ਕੁਝ ਕਹਿ ਰਿਹਾ ਉਹ ਮੌਕੇ ਦੀ ਨਜ਼ਾਕਤ ਅਨੁਸਾਰ ਸੋਚ ਸਮਝ ਕੇ ਲਿਆ ਸੰਜੀਦਾ ਫੈਸਲਾ ਹੈ। ਬੇਸ਼ੱਕ ਬੀਰਪਾਲ ਨਾਲ ਗੱਲ ਹੋਣ ਤੋਂ ਬਾਅਦ ਮੈਂ ਹੋਰ ਵਿੱਚ ਵੀ ਹੌਸਲੇ ਵਿੱਚ ਆ ਗਿਆ ਸੀ, ਪਰ ਡਾਕਟਰ ਸਿੱਧੂ ਦੀ ਤਸੱਲੀ ਲਈ ਮੈਂ ਦੁਬਾਰਾ ਪਤਨੀ ਦਾ ਨੰਬਰ ਡਾਇਲ ਕਰ ਲਿਆ। ਇਸ ਵਾਰ ਮੈਂ ਸਪੀਕਰ ਜਾਣਬੁੱਝ ਕੇ ਔਨ ਕਰ ਲਿਆ ਸੀ। ਮੈਂ ਬੀਰਪਾਲ ਨੂੰ ਦੱਸਿਆ ਕਿ ਬਲੱਡ ਗਰੁੱਪ ਇੱਕੋ ਹੋਣ ਕਾਰਨ ਮੈਂ ਗੁਰਦਾ ਦਾਨੀ ਵਾਲੇ ਨੇਕ ਕਾਰਜ ਲਈ ਹਾਂ ਕਰ ਦਿੱਤੀ ਆ। ਮੈਂ ਤਾਂ ਤੁਹਾਡੇ ਫੋਨ ਤੋਂ ਬਾਅਦ ਕਹਿਣ ਵਾਲੀ ਸੀ ਕਿ ਤੁਸੀਂ ਆਪਣੇ ਟੈਸਟ ਕਰਵਾ ਕੇ ਵੇਖ ਲਓ, ਭਲਾ ਇਸ ਤੋਂ ਪੁੰਨ ਵਾਲਾ ਹੋਰ ਕੰਮ ਕਿਹੜਾ ਹੋ ਸਕਦਾ ਹੈ। ਮੈਂ ਵੇਖਿਆ ਬੀਰਪਾਲ ਦੀ ਗੱਲ ਸੁਣ ਕੇ ਡਾਕਟਰ ਸਿੱਧੂ ਦੇ ਚਿਹਰੇ ਉੱਤੇ ਤਸੱਲੀ ਦੇ ਨਾਲ ਨਾਲ ਹੈਰਾਨੀ ਵਾਲੀਆਂ ਲਕੀਰਾਂ ਵੀ ਉੱਭਰ ਆਈਆਂ ਸੀ। ਸ਼ਾਇਦ ਉਹ ਬੀਰਪਾਲ ਦੇ ਵੜੱਪਣ ਬਾਰੇ ਸੋਚ ਰਹੇ ਹੋਣ। ਮੇਰੇ ਵੱਲੋਂ ਨਿਸ਼ਚਿਤ ਹੋਣ ਬਾਅਦ ਡਾਕਟਰ ਸਿੱਧੂ PGI ਦੀ ਟਰਾਂਸਪਲਾਂਟ ਟੀਮ ਨੂੰ ਸੂਚਿਤ ਕਰਨ ਚਲੇ ਗਏ। ਹੇਠਾਂ ਆਏ ਤਾਂ ਉਹਨਾਂ ਦੇ ਹੱਥ ਵਿੱਚ ਫਾਈਲ ਸੀ। ਇਸ਼ਾਰਾ ਕਰਕੇ ਮੈਨੂੰ ICU ਵੱਲ ਲੈ ਤੁਰੇ। ਮੈਂ ਵੀ ਚਾਹੁੰਦਾ ਸੀ ਅਤੇ ਸਰਜਨ ਮਾਹਰਾਂ ਨੇ ਵੀ ਕਿਹਾ ਕਿ ਆਪਰੇਸ਼ਨ ਤੋਂ ਪਹਿਲਾਂ ਸਾਰੀ ਗੱਲ ਸ਼ਰਨ ਨੂੰ ਦੱਸੀ ਜਾਵੇ। ਦਾਨੀ ਦੇ ਕੇ ਚਲੇ ਆਉਣ ਅਤੇ ਸਿਰਜਨ ਟੀਮ ਦੀ ਹਰੀ ਝੰਡੀ ਤੋਂ ਡਾਕਟਰ ਸਿੱਧੂ ਦੇ ਮਨ ਦੀਆਂ ਕਈ ਉਮੀਦਾਂ ਨੂੰ ਬੂਰ ਪੈਣ ਦੀ ਝਲਕ ਉਹਨਾਂ ਦੀ ਤੋਰ ਅਤੇ ਰਵੱਈਏ ਤੋਂ ਪੈਣ ਲੱਗ ਪਈ ਸੀ। ਸਾਨੂੰ ਫਿਰ ਤੋਂ ਆਪਣੇ ਵੱਲ ਆਉਂਦਿਆਂ ਵੇਖ ਸ਼ਰਨ ਹੈਰਾਨ ਹੋਈ। ਡਾਕਟਰ ਸਿੱਧੂ ਨੇ ਬਾਹਰ ਹੋਈ ਸਾਰੀ ਗੱਲਬਾਤ ਆਪਣੀ ਜਵਾਨੀ ਸ਼ਰਨ ਨੂੰ ਦੱਸਣ ਲਈ ਮੈਨੂੰ ਕਿਹਾ ਅਤੇ ਆਪ ਥੋੜ੍ਹਾ ਹਟ ਕੇ ਖਲੋ ਗਏ। ਵੇਖ ਸ਼ਰਨ, ਕੁਝ ਰਿਸ਼ਤੇ ਕੁਦਰਤ ਸਿਰਜਦੀ ਆ ਅਤੇ ਕੁਛ ਮਨੁੱਖ ਦਾ ਮਨ, ਜਿਸ ਨੂੰ ਅਕਸਰ ਅਸੀਂ ਰੂਹਾਨੀ ਕਹਿ ਲੈਂਦੇ ਹਾਂ, ਉਹ ਆਪ ਸਿਰਜ ਲੈਂਦਾ। ਸਮਾਜਿਕ ਰਿਸ਼ਤੇ ਨਿਭਾਉਂਦਿਆਂ ਸਾਨੂੰ ਹੱਕ ਅਤੇ ਫਰਜ਼ ਨਾਲੋਂ ਨਾਲ ਤੋਰਨੇ ਪੈਂਦੇ ਨੇ, ਪਰ ਮਨਾਂ ਦੀ ਇੰਚ ਵਾਲੀ ਸਿਰਜਣਾ ਵਿੱਚ ਦੂਜੇ ਪ੍ਰਤੀ ਤਿਆਗ ਹੁੰਦਾ, ਦੂਜੇ ਦੇ ਕਿਸੇ ਕੰਮ ਆ ਸਕਣ ਦੀ ਲਲਕ ਹੁੰਦੀ ਆ। ਰੂਹਾਂ 'ਚ ਰਮੀ ਇਹਨਾਂ ਰਿਸ਼ਤਿਆਂ ਵਿੱਚ ਮੇਲ ਮਿਲਾਪ ਬਹੁਤਾ ਮਾਇਨੇ ਨਹੀਂ ਰੱਖਦੇ, ਦੋਹਾਂ ਦੀਆਂ ਭਵਨਾਤਮਕ ਤਰੰਗਾਂ ਵਿੱਚ ਜੋੜ ਬਣਿਆ ਰਹਿੰਦਾ। ਤੈਨੂੰ ਪਤਾ ਅਸੀਂ ਆਪਣੇ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ, ਪਰ ਮੇਰਾ ਵਿਸ਼ਵਾਸ ਆ ਕਿ ਇਹ ਬੇਨਾਮ ਰਿਸ਼ਤਾ ਕੁਦਰਤੀ ਰਿਸ਼ਤਿਆਂ ਤੋਂ ਪਵਿੱਤਰ, ਸੱਚਾ ਸੁੱਚਾ, ਬੇਦਾਗ ਅਤੇ ਬੇਗਰਜ ਹੈ। ਕੁਦਰਤ ਨੇ ਤੈਨੂੰ ਅਜਿਹੀ ਥਾਂ ਲਿਆ ਖੜਾ ਕੀਤਾ ਜਿੱਥੇ ਕਿਸੇ ਹੋਰ ਦਾ ਗੁਰਦਾ ਤੇਰੀ ਜ਼ਿੰਦਗੀ ਦੀ ਚਾਲ ਬਣਾਈ ਰੱਖ ਸਕਦਾ। ਮੈਂ ਆਪਣੇ ਆਪ ਨੂੰ ਬੜਭਾਗਾ ਸਮਝਾਂਗਾ ਜੇਕਰ ਮੇਰਾ ਇੱਕ ਅੰਗ ਤੇਰੀਆਂ ਧੜਕਣਾਂ ਦਾ ਸਾਂਝੀਦਾਰ ਬਣ ਕੇ ਖੁਦ ਉਹਨਾਂ ਨਾਲ ਧੜਕਣ ਲੱਗ ਪਵੇ। ਮੇਰੀ ਗੱਲ ਸੁਣ ਕੇ ਤੇਰੇ ਮਨ ਵਿੱਚ ਆਇਆ ਸਵਾਲ ਮੈਂ ਪੜ੍ਹ ਲਿਆ। ਤੂੰ ਇਹੀ ਸੋਚ ਰਹੀ ਹਾਂ ਨ ਕਿ ਅਜਿਹਾ ਫੈਸਲਾ ਲੈਣ ਮੌਕੇ ਮੈਨੂੰ ਆਪਣੀ ਪਤਨੀ ਨੂੰ ਪੁੱਛਣਾ ਬਣਦਾ ਹੈ? ਉਸਨੇ ਕੀ ਕਿਹਾ? ਇਹ ਤੈਨੂੰ ਡਾਕਟਰ ਸਾਹਿਬ ਹੀ ਦੱਸਣਗੇ। ਅਤੇ ਮੈਂ ਆਪਣੀ ਪਤਨੀ ਨਾਲ ਹੋਈ ਗੱਲਬਾਤ ਸ਼ਰਨ ਨੂੰ ਦੱਸਣ ਲਈ ਡਾਕਟਰ ਸਿੱਧੂ ਨੂੰ ਇਸ਼ਾਰਾ ਕੀਤਾ। ਜਿਵੇਂ ਹੀ ਡਾਕਟਰ ਸਿੱਧੂ ਨੇ ਬੀਰਪਾਲ ਵਾਲੀ ਗੱਲ ਦੱਸੀ ਤਾਂ ਸ਼ਰਨ ਦੇ ਦੋਵੇਂ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਗਏ। ਕਸਕੇ ਜੁੜੇ ਹੱਥਾਂ ਹੇਠੋਂ ਫਰਕ ਦੇ ਉਸਦੇ ਬੁੱਲ ਸਾਨੂੰ ਦਿਸ ਰਹੇ ਸਨ। ਉਸਦੇ ਮਨ ਦਾ ਵਹਿਣ ਬੰਦ ਅੱਖਾਂ ਵਿੱਚੋਂ ਵੀ ਪਰਲ ਪਰਲ ਵਹਿ ਰਿਹਾ ਸੀ। ਵੱਖਰੀ ਤਰ੍ਹਾਂ ਦੀ ਖਾਮੋਸ਼ੀ ਨੇ ਕਮਰੇ ਨੂੰ ਆਪਣੀ ਪਕੜ ਵਿੱਚ ਲੈ ਰੱਖਿਆ ਸੀ। ਸਾਡੇ ਤਿੰਨਾਂ ਦੀਆਂ ਜਵਾਨਾਂ ਬੇਹਰਕਤ ਸਨ, ਪਰ ਮਨਾਂ ਦੀਆਂ ਤਰੰਗਾਂ ਆਪਸ ਵਿੱਚ ਬੜਾ ਕੁਝ ਸਾਂਝਾ ਕਰ ਰਹੀਆਂ ਸਨ। ਅਸੀਂ ਆਪਣੇ ਆਪ ਵਿੱਚ ਉਦੋਂ ਆਏ ਜਦੋਂ ਦੋ ਨਰਸਾਂ ਨੇ ਆ ਕੇ ਸਾਨੂੰ ਬਾਹਰ ਜਾਣ ਲਈ ਕਿਹਾ। ਉਹਨਾਂ ਦੇ ਹੱਥ ਵਿੱਚ ਲੀਟਰੇ ਸ਼ਰਨ ਦੀਆਂ ਦਵਾਈਆਂ ਅਤੇ ਸੰਭਾਲ ਦਾ ਸੰਕੇਤ ਸੀ। ਪਿੰਡ ਮੰਮੀ ਪਾਪਾ ਨਾਲ ਵੀ ਮੇਰੀ ਗੱਲ ਹੋ ਗਈ ਆ ਅਤੇ ਅਸੀਂ ਹੁਣ ਇਸ ਬਾਰੇ ਕਾਗਜ਼ੀ ਰਸਮਾਂ ਪੂਰੀਆਂ ਕਰਦੇ ਹਾਂ। ਕਈ ਦਫ਼ਤਰਾਂ ਵਿੱਚ ਜਾਣਾ ਪੈਣਾ, ਡਾਕਟਰ ਸਿੱਧੂ ਨੇ ਨੇੜੇ ਹੋ ਕੇ ਸ਼ਰਨ ਨੂੰ ਕਿਹਾ ਅਤੇ ਅਸੀਂ ਹੇਠਾਂ ਆ ਗਏ। ਗੁਰਦਾ ਦਾਨੀ ਯਾਨੀ ਮੇਰੇ ਖੂਨ ਅਤੇ ਹੋਰ ਟੈਸਟਾਂ ਦੀ ਰਿਪੋਰਟ ਆ ਗਈ ਸੀ। ਸਾਰਾ ਕੁਝ ਠੀਕ ਹੋਣ 'ਤੇ ਅਸੀਂ ਤਸੱਲੀ ਮਹਿਸੂਸ ਕੀਤੀ।
ਹਰ ਚੜ੍ਹਿਆ ਦਿਨ ਸ਼ਰਨ ਦੀ ਹਾਲਤ ਪਤਲੀ ਕਰ ਰਿਹਾ ਸੀ। ਡਾਕਟਰ ਟੀਮ ਦਾ ਕਹਿਣਾ ਸੀ ਕਿ ਬਹੁਤੀ ਦੇਰ ਕਿਤੇ ਪਛਤਾਵੇ ਵਿੱਚ ਨਾ ਬਦਲ ਜਾਏ। ਆਮ ਹਾਲਾਤਾਂ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਇੰਜ ਦੇ ਓਪਰੇਸ਼ਨ ਨਹੀਂ ਸੀ ਕੀਤੇ ਜਾਂਦੇ। ਡਾਕਟਰ ਟੀਮ ਦਾ ਕਹਿਣਾ ਸੀ ਕਿ ਵੀਰਵਾਰ ਸ਼ਾਮ ਤੱਕ ਫਾਈਲ ਤਿਆਰ ਹੋ ਜਾਵੇ ਤਾਂ ਵੀਕਐਂਡ ਵਾਲੀ ਦੇਰੀ ਤੋਂ ਬਚਾਅ ਹੋ ਸਕਦਾ। ਬੇਸ਼ੱਕ ਡਾਕਟਰ ਸਿੱਧੂ ਦੀ ਜਾਣ ਪਹਿਚਾਣ ਕਾਫੀ ਸੀ, ਉਸਦੇ ਕਈ ਦੋਸਤ ਉੱਥੇ ਦਫ਼ਤਰਾਂ ਵਿੱਚ ਲੱਗੇ ਹੋਏ ਸਨ, ਫਿਰ ਵੀ ਸਾਨੂੰ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਵਿੱਚ 2 ਦਿਨ ਲੱਗ ਗਏ। ਭੱਜ ਦੌੜ ਕਰਕੇ ਅਸੀਂ ਵੀਰਵਾਰ ਸ਼ਾਮ ਤੱਕ ਫਾਈਲ ਡਾਕਟਰ ਟੀਮ ਦੇ ਹੱਥ ਫੜਾ ਦਿੱਤੀ। ਓਪਰੇਸ਼ਨ ਲਈ ਸ਼ੁੱਕਰਵਾਰ ਦੁਪਹਿਰ ਦਾ ਸਮਾਂ ਤੈਅ ਹੋ ਗਿਆ। ਉਸੇ ਰਾਤ ਮੈਨੂੰ ਦਾਖਲ ਕੀਤੇ ਜਾਣ ਲਈ ਕਹਿ ਦਿੱਤਾ ਗਿਆ। ਮੈਂ ਬੀਰਪਾਲ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਉਸਨੇ ਅਗਲੇ ਦਿਨ ਉੱਥੇ ਪਹੁੰਚਣ ਦਾ ਪ੍ਰੋਗਰਾਮ ਪਹਿਲਾਂ ਹੀ ਬਣਾ ਲਿਆ ਹੋਇਆ ਸੀ। ਹੋਸ਼ ਕਾਇਮ ਰਹਿਣ ਤੱਕ ਮੈਂ ਵੇਖ ਰਿਹਾ ਸੀ ਕਿ ਵੱਡ ਆਕਾਰੀ ਓਪਰੇਸ਼ਨ ਥੀਏਟਰ ਵਿੱਚ ਮੇਰੇ ਵਾਲੀ ਟੇਬਲ 'ਤੇ ਪਰਲੇ ਪਾਸੇ ਵਾਲੇ ਟੇਬਲ ਉੱਤੇ ਸ਼ਰਨ ਨੂੰ ਲਟਾਇਆ ਗਿਆ ਸੀ। ਐਨਸਥੀਜ਼ੀਆ ਕਾਰਨ ਪਲ ਪਲ ਮੇਰੇ ਹੋਸ਼ ਹਵਾਸ਼ ਘੱਟ ਰਹੀ ਸੀ। ਅੱਖਾਂ ਤਾਂ ਮੈਂ ਆਪ ਹੀ ਬੰਦ ਕੀਤੀਆਂ ਸੀ, ਪਰ ਕੰਨ ਕਦੋਂ ਬੰਦ ਹੋਈ ਮੈਨੂੰ ਕੁਝ ਨਹੀਂ ਪਤਾ। ਲੰਮੀ ਨੀਂਦ ਤੋਂ ਬਾਅਦ ਮੇਰੀ ਹੋਸ਼ ਪਰਤੀ ਤਾਂ ਐਤਵਾਰ ਚੜ੍ਹ ਚੁੱਕਾ ਸੀ। ਬੈੱਡ ਜਿਸ ਉੱਤੇ ਮੈਂ ਲੇਟਿਆ ਹੋਇਆ ਸੀ ਤਾਂ ਸੱਜੇ ਪਾਸੇ ਵੱਲ ਮੁੜਿਆ ਹੀ ਨਹੀਂ ਸੀ ਜਾ ਰਿਹਾ। ਥੋੜ੍ਹੀ ਥੋੜ੍ਹੀ ਦਰਦ ਵੀ ਸੱਜੇ ਪਾਸੇ ਹੋ ਰਹੀ ਸੀ। ਲੰਮੀ ਸਾਰੀ ਪੱਟੀ ਕੀਤੀ ਹੋਈ ਸੀ ਇਸ ਪਾਸੇ, ਮੈਂ ਆਪਣੇ ਆਪ ਵਿੱਚ ਆਉਣ ਲੱਗ ਪਿਆ ਸੀ। ਯਾਦਾਂ ਵਾਲੀ ਪਟਾਰੀ ਖੁੱਲ੍ਹਣ ਲੱਗ ਪਈ ਸੀ। 3 ਡਾਕਟਰਾਂ ਵੱਲੋਂ ਮੈਨੂੰ ਵੈਰੀ ਗੁੱਡ ਕਹਿ ਕੇ ਸ਼ੁਭ ਇਸ਼ਾਵਾਂ ਦਿੱਤੀਆਂ ਗਈਆਂ। ਵਿੱਚ ਵਾਰ ਨਰਸਾਂ ਚੰਗੀਆਂ ਗੱਲਾਂ ਕਰ ਜਾਂਦੀਆਂ ਸੀ। ਪੂਰੀ ਸੁਰਤ ਪਰਤਣ ਤੱਕ ਸ਼ਾਮ ਹੋਣ ਵਾਲੀ ਸੀ। ਮੈਂ ਵੇਖਿਆ ਨਰਸਾਂ ਦੇ ਪਿੱਛੇ ਪਿੱਛੇ ਨੀਲੇ ਗਾਊਨ ਵਿੱਚ ਲਿਪਟ ਕੋਈ ਹੋਰ ਆ ਰਿਹਾ ਸੀ। ਸਿਰਫ ਅੱਖਾਂ ਨੰਗੀਆਂ ਸਨ। ਕੋਲ ਆ ਕੇ ਉਸਨੇ ਮੇਰੇ ਉੱਤੇ ਝੁੱਕ ਕੇ ਹੱਥ ਫੜਿਆ ਅਤੇ ਚੁੰਮ ਕੇ ਆਪਣੇ ਮੱਥੇ ਲਾਇਆ। ਹੱਥਾਂ ਦੀ ਛੋਹ ਤੋਂ ਮਹਿਸੂਸ ਹੋਇਆ ਇਹ ਤਾਂ ਕੋਈ ਆਪਣਾ ਹੀ ਆ। ਕੰਨਾਂ ਵਿੱਚ ਆਪਾਜ ਪਈ, ਕਿਵੇਂ ਹੁਣ? ਮੈਂ ਹੈਰਾਨ, ਇਹ ਤਾਂ ਵੀਰਪਾਲ ਆ। ਉਸਦੀ ਛੋਹ ਤੋਂ ਸ਼ਾਇਦ ਮੇਰੇ ਚਿਹਰੇ 'ਤੇ ਕੋਈ ਪ੍ਰਭਾਵ ਉੱਭਰਿਆ ਹੋ ਜਿਸ ਨੂੰ ਵੀਰਪਾਲ ਨੇ ਪੜ੍ਹ ਲਿਆ ਸੀ। ਇੰਝ ਕਿਉਂ ਸੋਚਦੇ ਹੋ? ਤੁਸੀਂ ਉਹ ਨੇਕ ਕੰਮ ਕੀਤਾ ਜੋ ਲੱਖਾਂ 'ਚੋਂ ਕੋਈ ਇੱਕ ਕਰ ਸਕਦਾ, ਅਤੇ ਉਹ ਮੇਰੀਆਂ ਅੱਖਾਂ ਸਾਫ਼ ਕਰ ਰਹੀ ਸੀ। ਕੁਝ ਦਿਨਾਂ ਬਾਅਦ ਇਹਤਿਹਾਤੀ ਹਦਾਇਤਾਂ ਦੇ ਕੇ ਸਾਡੀ ਦੋਹਾਂ ਦੇ ਹਸਪਤਾਲ ਤੋਂ ਛੁੱਟੀ ਹੋ ਗਈ। ਸ਼ਰਨ ਦੇ ਪਰਿਵਾਰ ਨੂੰ ਮੌਤ ਦੀ ਸਿਕੰਜੀ 'ਚੋਂ ਛੁੱਟ ਕੇ ਆਈ ਉਹਨਾਂ ਦੀ ਧੀ, ਪਤਨੀ, ਮਾਂ ਅਤੇ ਭੈਣ ਮਿਲ ਗਈ ਸੀ, ਅਤੇ ਮੇਰੇ ਪਰਿਵਾਰ ਨੂੰ ਆਪਣੇ ਉਸ ਪੁੱਤਰ, ਪਤੀ, ਪਿਤਾ ਅਤੇ ਭਰਾ ਉੱਤੇ ਫਕਰ ਹੋ ਰਿਹਾ ਸੀ ਜਿਸ ਨੇ ਆਪਣੇ ਆਪ ਨੂੰ ਤਾਕ ਉੱਤੇ ਲਾ ਕੇ ਮੌਤ ਦੇ ਪੰਜਿਆਂ ਵਿੱਚੋਂ ਛੁਡਵਾ ਲਿਆ ਸੀ। ਕਈ ਸਾਲ ਲੰਘ ਗਏ ਨੇ, ਦੋਹਾਂ ਪਰਿਵਾਰਾਂ ਦੇ ਬੱਚੇ ਵਿਆਹੇ ਗਏ ਨੇ, ਬੱਚੇ ਤਾਂ ਸਕਿਆਂ ਤੋਂ ਕਿਤੇ ਵੱਧ ਨੇ ਇੱਕ ਦੂਜੇ ਲਈ। ਸ਼ਰਨ ਗਸਟਿਡ ਅਫਸਰ ਬਣ ਗਈ ਹੋਈ ਆ, ਚੰਗੇ ਕੰਮਾਂ ਬਦਲੇ ਅਣਗਿਣਤ ਅਵਾਰਡ ਉਸਦੀ ਝੋਲੀ ਪਏ ਨੇ, ਪਰ ਅਸੀਂ ਅੱਜ ਵੀ ਇੱਕ ਦੂਜੇ ਲਈ ਭਾਜੀ ਅਤੇ ਸ਼ਰਨ ਹੀ ਹਾਂ। ਆਪਣੇ ਰਿਸ਼ਤੇ ਉੱਤੇ ਕੋਈ ਸਮਾਜਿਕ ਛਤਰੀ ਤਾਨਣ ਦੀ ਲੋੜ ਹੀ ਕਦੇ ਮਹਿਸੂਸ ਨਹੀਂ ਹੋਈ ਸਾਨੂੰ। ਲੋੜ ਮਹਿਸੂਸ ਹੋਵੇ ਵੀ ਕਿਉਂ? ਸਾਡਾ ਰਿਸ਼ਤਾ ਤਾਂ ਰੂਹਾਂ 'ਚ ਰਮਿਆ ਹੋਇਆ। ਧੰਨਵਾਦ ਜੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਬਣੇ ਰਹੋ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ। ਧੰਨਵਾਦ ਜੀ।